ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਪਿਛਲੇ ਦਿਨੀ ਅੱਗ ਲੱਗਣ ਕਾਰਨ ਜੋ ਕਿਸਾਨਾਂ ਦੀ ਫਸਲ ਸੜ ਕੇ ਸਵਾਹ ਹੋ ਗਈ ਸੀ, ਉਸਦੇ ਸੰਬੰਧ ਵਿੱਚ ਮਿਲਗਾ ਵਿਖੇ ਤਹਿਸੀਲਦਾਰ ਦੇ ਹੁਕਮਾਂ ਅਨੁਸਾਰ ਅੱਜ ਜ਼ਮੀਨ ਦੀ ਮਿਣਤੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਇਸ ਅੱਗ ਨਾਲ 62 ਏਕੜ ਕਣਕ ਅਤੇ 108 ਏਕੜ ਨਾੜ ਸੜ ਕੇ ਸਵਾਹ ਹੋ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਗੋਦਾਵਰੀ ਕਰਕੇ ਰਿਪੋਰਟ ਸਰਕਾਰ ਨੂੰ ਭੇਜ ਦੇਵਾਂਗੇ। ਉਹਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਬਿਲਗਾ ਤੋਂ ਦਵਿੰਦਰ ਸਿੰਘ ਜੌਹਲ ਦੀ ਰਿਪੋਰਟ। ਇੱਥੇ ਪਿੰਡ ਬਿਲਗਾ ਵਿਖੇ 27/4/2019 ਨੂੰ ਦੈਨ ਸ਼ਨੀਵਾਰ ਨੂੰ ਜੋ ਅੱਗ ਲੱਗੀ ਸੀ, ਉਸ ਅਚਾਨਕ ਅੱਗ ਲੱਗਣ ਨਾਲ 62 ਏਕੜ ਕਣਕ ਕਿਸਾਨਾਂ ਦੀ ਸੜ ਕੇ ਸਵਾਹ ਹੋ ਗਈ ਅਤੇ 108 ਏਕੜ ਜਿਹੜਾ ਨਾੜ ਆ ਉਹ ਸੜ ਕੇ ਸਾਰਾ ਲੋਕਾਂ ਦਾ ਜਿੰਨੇ ਤੂੜੀ ਬਣਾਉਣੀ ਸੀ ਉਹ ਸੜ ਕੇ ਸਵਾਹ ਹੋ ਗਈ। ਮੌਕੇ 'ਤੇ ਅੱਜ ਮੈਂ ਗਦਾਵਰੀ ਕਰਕੇ ਸਰਕਾਰ ਨੂੰ ਰੋਡ ਭੇਜਣੀ ਹੈ ਅਤੇ ਕਿਸਾਨ ਮੇਰੇ ਨਾਲ ਆ, ਆਪੋ ਆਪਣਾ ਨਾਮ ਲਗਾ ਜੀ। ਇਹ ਤਹਿਸੀਲਦਾਰ ਸਾਹਿਬ ਦੇ ਹੁਕਮ 'ਤੇ ਕੁਛ ਕਿਸਾਨਾਂ ਨੂੰ ਮਿਲੂਗਾ ਵੀ ਜੀ, ਕਿ ਉਹ ਸਰਕਾਰ ਜੋ ਦਊਗੀ ਅਸੀਂ ਤਾਂ ਲਿਖੇ ਭੇਜਣਾ।